स्क्रीन ते चल रही तस्वीरां जिस दे विच तुसी पुलिस वाले नू खेतां दे विच वीडियो ते फोटोआं खिचदे नू देख रहे हो, तुसी सोचदे होवोगे कि आखिर पुलिस अधिकारियों नू की हो गया। तां दस दिए कि इत्थे इक जिहा वड्डा हादसा होया जिस करके पुलिस फटाफट पहुंची है। ਮਾਛੀਵਾੜਾ ਸਾਹਿਬ ਥਾਣਾ ਕੁੰਭਕਲਾ ਅਧੀਨ ਪੈਂਦੇ ਪਿੰਡ ਪੰਜੇਟਾ ਦੇ ਵਿੱਚ ਜੱਜ ਦੇ ਗਨਮੈਨ ਨੇ ਆਪਣੇ ਗੁਆਂਢ ਦੇ ਵਿੱਚ ਰਹਿੰਦੇ ਪਿਓ ਅਤੇ ਉਸਦੇ ਪੁੱਤਰ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ, ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ। ਆਓ ਸੁਣਦੇ ਹਾਂ। ਰਮਨਪ੍ਰੀਤ ਸਿੰਘ, ਪਿੰਡ ਕਿਹੜਾ? ਪੰਜੇਟਾ। ਕੀ ਹੋਇਆ ਜੀ ਤੁਹਾਡੇ ਨਾਲ? ਇਹ ਜੀ ਕੋਈ ਸਾਡਾ ਕੋਈ ਦੁਸ਼ਮਣੀ ਵਿਰੋਧ ਕੋਈ ਕੁਝ ਨਹੀਂ ਹੈਗਾ ਜੀ। ਅਸੀਂ 7:30-8 ਵਜੇ ਦੇ ਕਰੀਬ ਪਿੰਡ ਨੂੰ ਜਾਂਦੇ ਸੀਗੇ ਵਾਪਸ, ਮੈਂ ਅਤੇ ਮੇਰਾ ਦੋਸਤ ਸੀਗਾ, ਅਸੀਂ ਆਪਦੀ ਮੋਟਰ ਤੋਂ। ਅਤੇ ਜਿਹੜਾ ਇਹ ਪਵਿੱਤਰ ਸਿੰਘ ਆ, ਇਹ ਸਾਡੇ ਘਰ ਦੇ ਸਾਹਮਣੇ ਘਰ ਇਹਨਾਂ ਦਾ, ਇੱਥੇ ਸਮਰਾਲੇ ਜੱਜ ਸਾਹਿਬ ਨਾਲ ਸਿਕਿਉਰਿਟੀ 'ਚ ਇਹਨੇ ਲਿਆ ਕੇ ਮਗਰੋਂ ਸਾਡੇ ਦੇ ਵਿੱਚ ਉੱਤੇ ਸਾਡੇ 'ਤੇ ਗੱਡੀ ਚਾੜ੍ਹਤੀ ਦੋ ਜਣੇ। ਮੈਂ ਮੇਰਾ ਦੋਸਤ ਮੂਹਰੇ ਨੂੰ ਡਿੱਗ ਗਿਆ, ਮੈਂ ਖੇਤਾਂ 'ਚ ਨੂੰ ਡਿੱਗ ਗਿਆ। ਜਦ ਮੈਂ ਉੱਠੇ ਜਦ ਹੀ ਮੇਰੇ ਇਹਨੇ ਫੈਰ ਮਾਰਤਾ, ਜਦ ਮੈਂ ਫੈਰ ਨਾਲ ਡਿੱਗਿਆ ਦੂਜਾ ਫੈਰ ਫੇਰ ਮਾਰਤਾ। ਉਸ ਤੋਂ ਬਾਅਦ ਗੱਡੀ ਲੈ ਕੇ ਪਿੰਡ 'ਚ ਨੂੰ ਭੱਜ ਗਏ, ਅਸੀਂ ਆਪਣੇ ਪੈਦਲ ਭੱਜ ਕੇ ਮੋਟਰ 'ਤੇ ਚਲੇ ਗਏ। ਮੋਟਰ 'ਤੇ ਜਾ ਕੇ ਅਸੀਂ ਆਪਣੇ ਡੈਡੀ ਨੂੰ ਕਿਹਾ ਵੀ ਚਲੋ ਮੇਰੇ ਗੋਲੀ ਲੱਗੀ, ਅਸੀਂ ਉਹਨਾਂ ਵਾਲੇ ਮੋਟਰਸਾਈਕਲ ਚੱਕਿਆ, ਦਬਾ ਦਬ ਤਿੰਨੇ ਜਾਣੇ ਹਸਪਤਾਲ ਨੂੰ ਨਿਕਲਣ ਲੱਗੇ। ਜਾਣ ਨੂੰ ਲਿਆ ਕੇ ਸਾਡੇ 'ਚ ਉਦੋਂ ਇਹਨੇ ਫਿਰ ਤਿੰਨ ਵਾਰੀ ਗੱਡੀ ਮਾਰੀ ਉੱਥੇ, ਤਿੰਨ ਵਾਰੀ ਗੱਡੀ ਮਾਰਨ ਤੋਂ ਬਾਅਦ ਫਿਰ ਇਹਨੇ ਸਾਡੇ ਇੱਕ ਵਾਰੀ ਫਿਰ ਉੱਥੇ ਫਾਇਰ ਮਾਰਿਆ। ਅਤੇ ਮੈਂ ਜਾਣੂ ਦੀ ਗੱਡੀ ਬੰਦ ਹੋ ਗਈ, ਫਿਰ ਅਸੀਂ ਕਨੈਕਟਰ ਸਾਈਡ ਦੇ ਵਿੱਚ ਹੀ ਮੈਂ ਵੜ ਕੇ ਉੱਕਣੇ ਫਿਰ ਖੂਨ ਨਿਕਲਦਾ ਸੀ, ਵਾਲ ਖੁੱਲ੍ਹੇ ਸੀ। ਮੈਂ ਵਿੱਚ ਵੜ ਕੇ ਹੈਂਡ ਬਰੇਕ ਚੱਕੀ, ਜਦੋਂ ਮੈਂ ਡਰਾਈਵਰ ਸਾਈਡ ਸੀਟ ਤੱਕ ਪਹੁੰਚਿਆ ਉਦੋਂ ਮੈਨੂੰ ਇਹਦੇ ਮੈਨੂੰ ਵਾਲਾਂ ਤੋਂ ਫੜ ਲਿਆ। ਮੈਂ ਇਹਦੇ ਡੱਬ ਨੂੰ ਹੱਥ ਪਾਇਆ ਵੀ ਪਿਸਤੌਲ ਖੋਲੀਏ, ਅਸੀਂ ਪਿਸਤੌਲ ਨਹੀਂ ਛੱਡਦਾ ਉਦੋਂ। ਅਸੀਂ ਦਬਾ ਦਬੇ ਤਾਂ ਬਹੁਤ ਔਖਾ, ਜਾਣੀ 20-25 ਮਿੰਟ ਲੱਗ ਗਏ ਸਾਨੂੰ ਇਹਦਾ ਪਿਸਤੌਲ ਖੋਲ੍ਹ ਨੂੰ, 3-4 ਜਣੇ। ਜਦ ਨੂੰ ਤਾਂ ਉੱਥੇ ਪਿੰਡ ਦੇ ਸਾਰਾ ਹੀ ਪਿੰਡ ਇਕੱਠਾ ਹੋ ਗਿਆ ਸੀਗਾ। ਜਦੋਂ ਇਹ ਆਇਆ ਫਿਰ ਵੀ ਇਹ ਲੋਕਾਂ ਨੂੰ ਇਹ ਕਹਿੰਦਾ ਸੀ ਵੀ ਮੈਨੂੰ ਮਾਰਨ ਲੱਗੇ ਹੋਏ ਨੇ। ਇਹ ਜੀ 7:30-8:30 ਦੇ ਵਿੱਚ ਵਿੱਚ ਦਾਰੂ ਪੀਤੀ ਸੀਗੀ, ਸਰਕਾਰੀ ਰਿਵੋਲਵਰ ਸੀਗਾ ਉਹਦੇ ਕੋਲ, ਇਕੱਲਾ ਹੀ ਸੀਗਾ ਜੀ। ਸਾਨੂੰ ਕੁਛ ਨਹੀਂ ਪਤਾ ਜੀ, ਤਾਂ ਜਾਨੂੰ ਭੱਜੇ ਇੱਧਰ ਨੂੰ। ਮੈਂ ਇਹ ਕਹਿਣਾ ਚਾਹੁੰਦਾ ਜੀ, ਦੇਖੋ ਗੋਲੀ ਲੱਗੀ ਆ ਥੋੜ੍ਹੀ ਜਿਹੀ ਇੱਥੇ ਲੱਗ ਜਾਂਦੀ, ਮੈਂ ਜੁਰੇ ਨਾ ਹੁੰਦਾ, ਠੀਕ ਆ ਜੀ। ਆ ਮੇਰੇ ਫਾਦਰ ਸਾਹਿਬ ਖੜੇ ਨੇ, ਇਹਨਾਂ ਦੇ 1-3 ਟਾਂਕੇ ਇੱਥੇ ਨੇ, 2 ਇੱਥੇ ਨੇ, ਪਿਸਤੌਲ ਦੇ ਬੱਟ ਮਾਰੇ ਨੇ। ਜਗਦੀਪ ਸਿੰਘ ਆ ਜੀ। ਪੰਜੇਟਾ ਪਿੰਡ ਆ ਜੀ। ਕਾਰਨ ਅਸੀਂ ਖੇਤ ਤੋਂ ਆ ਰਹੇ ਸੀਗੇ ਜੀ, ਬੇਟਾ ਮੇਰਾ ਮੂਹਰੇ ਸੀਗਾ, ਇਹਦਾ ਨਾਲ ਦੋਸਤ ਸੀ, ਦੋ ਜਣੇ ਮੋਟਰਸਾਈਕਲ ਦੇ ਮੂਹਰੇ ਸੀਗੇ, ਮੈਂ ਥੋੜ੍ਹਾ ਕਿ ਇਹਨਾਂ ਤੋਂ ਜਿਹੜੀ ਪਿੱਛੇ ਸੀਗਾ ਜੀ, ਥੋੜ੍ਹਾ ਹੀ ਫਰਕ ਸੀਗਾ ਸਾਡਾ ਆਪਸ ਵਿੱਚ ਹੀ। ਅਤੇ ਇਹਨਾਂ ਉਹਨੇ ਆ ਕੇ ਗੱਡੀ ਮਾਰੀ, ਸਿੱਟ ਲਏ। ਕਿਹਨੇ ਮਾਰੀ? ਉਹ ਪਵਿੱਤਰ ਸਿੰਘ ਨੇ ਜੀ। ਭੁਪਿੰਦਰ ਸਿੰਘ ਪੰਜਾਬ ਪੁਲਿਸ ਦੇ ਚਪਾਹੀ ਆ, ਸਮਰਾਲੇ ਜੱਜ ਦਾ ਬਾਡੀਗਾਰਡ ਆ ਜੀ, ਰਿਵਾਲਵਰ ਉਹਦੇ ਕੋਲ ਹੁੰਦਾ ਹਰ ਟਾਈਮ। ਅਤੇ ਸਾਡਾ ਉਹਦੇ ਨਾਲ ਕੋਈ ਰੰਜਸ ਨਹੀਂ, ਸਾਡੇ ਬਹੁਤ ਪਿਆਰ ਸੀਗਾ ਆਪਸ ਵਿੱਚ ਜੀ, ਕਦੇ ਉੱਚਾ ਨੀਵਾਂ ਸਾਡੇ ਘਰ ਦੇ ਆਉਂਦਾ ਜਾਂਦਾ, ਸਾਹਮਣੇ ਸਾਹਮਣੇ ਘਰ ਨੇ ਸਾਡੇ, ਕੋਈ ਉਹਨਾਂ ਲੜਾਈ ਝਗੜਾ ਨਹੀਂ ਸਾਡਾ ਕਦੇ ਹੋਇਆ, ਨਾ ਉਹਦੇ ਪਰਿਵਾਰ ਨਾਲ ਹੋਇਆ। ਭਾਈਚਾਰੇ ਵਾਂਗੂ ਅਸੀਂ ਵਰਤਦੇ ਹਾਂ ਜੀ ਪਰਿਵਾਰਾਂ ਦਾ ਆਪਸ ਵਿੱਚ ਹੀ। ਅਤੇ ਇਹਨਾਂ 'ਚੋਂ ਮਗਰ ਗੱਡੀ ਮਾਰੀ ਅਤੇ ਇਹ ਡਿੱਗੇ ਜੀ, ਦੂਆ ਮੁੰਡਾ ਮੂਹਰੇ ਨੂੰ ਡਿੱਗ ਗਿਆ, ਮੋਟਰਸਾਈਕਲ ਚਲਾਉਣ ਵਾਲਾ ਇਹ ਸਾਈਡ 'ਤੇ ਡਿੱਗ ਗਿਆ, ਉੱਠਣ ਲੱਗਿਆ, ਉਹਨੇ 2 ਫਾਇਰ ਕਰੇ ਨੇ। ਮੈਂ ਥੋੜ੍ਹਾ ਮਗਰ ਸੀਗਾ ਅਤੇ ਇਹਨਾਂ ਨੇ ਮੈਨੂੰ ਹਾਕ ਮਾਰੀ ਵੀ ਸਾਡੇ ਵੀ ਉਹਨੇ ਗੋਲੀ ਚਲਾ ਤੀ, ਸਾਡੇ ਗੋਲੀ ਮਾਰੀ ਮੇਰੇ, ਕਹਿੰਦਾ ਚਲੋ। ਮੈਂ ਜਦੇ ਮੈਂ ਕਿਹਾ ਵੀ ਆ ਫਟਾਫਟ ਤੂੰ ਬੈਠ ਮੋਟਰਸਾਈਕਲ 'ਤੇ ਵੀ ਆਪਾਂ ਚੱਲੀਏ। ਉੱਥੇ ਜਾ ਕੇ ਜਦੋਂ ਅਸੀਂ ਬਿਠਾਉਣ ਇਹਨੂੰ ਗੱਬੇ ਬਿਠਾਉਣ ਲੱਗੇ ਵੀ ਤੂੰ ਗੱਬੇ ਬਹਿ ਜਾ, ਮੈਂ ਮੋਟਰਸਾਈਕਲ ਚਲਾਉਣਾ, ਉਹ ਮਗਰ ਉਹਨੇ ਜੀ ਮੇਰੇ ਰਿਵਾਲਵਰ ਦੇ ਬੱਟ ਇੱਥੇ ਉਰੇ ਮਾਰਿਆ, ਇੱਧਰ ਮਾਰਿਆ ਜੀ, ਅਤੇ ਹੱਥੋਂ ਪਾਈ ਹੋਇਆ ਸਾਡੇ ਨਾਲ ਜੀ। ਹਾਂਜੀ, ਉਦੋਂ ਬਾਅਦ ਅਸੀਂ ਇੱਥੇ ਹੋਸਪਿਟਲ ਆ ਗਏ ਜੀ। ਹਾਂਜੀ, ਪੁਲਿਸ ਅਧਿਕਾਰੀ ਮੌਕੇ 'ਤੇ ਵੀ ਆ ਗਏ ਸੀਗੇ, ਇੱਥੇ ਵੀ ਆਏ ਨੇ ਜੀ। ਹਾਂਜੀ, ਉਹ ਬਿਆਨ ਲੈ ਗਏ ਜੀ, ਉਹ ਕਹਿੰਦੇ ਬਣਦੀ ਕਾਰਵਾਈ ਕਰਾਂਗੇ। ਉੱਥੇ ਥਾਣਾ ਕੁੰਭਕਲਾ ਮੁਖੀ ਜਗਦੀਪ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਹੈ, ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਹਿਲੇ ਕੰਟਰੋਲ ਰੂਮ ਤੋਂ ਇਤਲਾਹ ਮਿਲੀ ਸੀ ਪਿੰਡ ਪੰਜੇਟਾ ਦੇ ਵਿੱਚ ਕੋਈ ਫਾਇਰਿੰਗ ਇੰਸੀਡੈਂਟ ਹੋਈ ਹੈ, ਜਿਹਦੇ ਰਿਗਾਰਡਿੰਗ ਜਿਹੜਾ ਹੈਗਾ ਜਿਹਦੇ ਨਾਲ ਫਾਇਰਿੰਗ ਹੋਈ ਹੈ ਉਹ ਐਡਮਿਟ ਸੀਗਾ ਵਾਲਾ ਪੁਲਿਸ। ਉੱਥੇ ਜਾ ਕੇ ਜਿਹੜਾ ਐਡਮਿਟ ਸੀਗਾ ਅਤੇ ਰਮਨਪ੍ਰੀਤ ਸਿੰਘ ਉਹਦੇ ਬਿਆਨਾਂ 'ਤੇ ਜੀ ਪਰਚਾ ਦਰਜ ਕੀਤਾ ਜੀ ਅਤੇ ਅੱਗੇ ਕਾਰਵਾਈ ਕਰ ਰਹੀ। ਜਿਹਦੇ ਵੱਲੋਂ ਫਾਇਰਿੰਗ ਕੀਤੀ ਗਈ ਉਹ ਕੌਣ ਹੈ? ਜਿਹਦੇ ਵੱਲੋਂ ਫਾਇਰਿੰਗ ਕੀਤੀ ਗਈ ਆ ਉਹ ਉਹਦਾ ਨਾਮ ਪਵਿੱਤਰ ਸਿੰਘ ਹੈ, ਪੰਜਾਬ ਪੁਲਿਸ 'ਚ ਸਿਪਾਹੀ ਹੈ ਅਤੇ ਸਮਰਾਲੇ ਜੱਜ ਸਾਹਿਬ ਨਾਲ ਗੰਨਮੈਨ ਲੱਗਿਆ। ਕੋਈ ਨਾ ਕੋਈ ਪੁਰਾਣੀ ਦੱਸਣੀ ਹੱਥ
देखा जाए तो निक्किया मोटिया तकरारा खूनी रूप धारण कर लगिया ने। हकीकत टीवी पंजाबी लई खन्ना तो रविंद्र ढिल्लों की रिपोर्ट।